ਲਓ ਜੀ ਰੱਬ ਦਾ ਆਰਜੇ ਰੱਬ ਦੀ ਕਿਰਪਾ ਦੇ ਨਾਲ ਰੱਬ ਦਾ ਰੇਡੀਓ 2 ਫਿਲਮ ਦੇ ਸੈੱਟ 'ਤੇ ਪਹੁੰਚ ਚੁੱਕਿਆ ਹੈ। ਸੋ ਇੱਥੇ ਸੈੱਟ 'ਤੇ ਆਪਾਂ ਤੁਹਾਨੂੰ ਇਕੱਲੇ ਆਰਟਿਸਟ ਦੇ ਨਾਲ ਮਿਲਾਊਗਾ, ਆਰਟਿਸਟ ਨਾਲ ਗੱਲਾਂ ਬਾਤਾਂ ਕਰਾਂਗੇ, ਫਿਲਮ ਬਾਰੇ ਜਾਣਾਂਗੇ, ਸੈੱਟ 'ਤੇ ਮੌਜ ਮਸਤੀ ਕਰਾਂਗੇ। ਚਲੀਏ, ਚਲੋ ਆਇਓ, ਚਲੀਏ ਫਿਰ। ਦੋਸਤੋ, ਰੱਬ ਦਾ ਆਰਜੇ ਪਹੁੰਚ ਚੁੱਕਿਆ ਹੈ ਰੱਬ ਦਾ ਰੇਡੀਓ 2 ਦੇ ਸੈੱਟ 'ਤੇ ਮੌਜੂਦ ਵੈਨਿਟੀਜ਼ ਕੋਲ। ਸੋ ਆਪਾਂ ਵੈਨਿਟੀਜ਼ ਵਿੱਚ ਜਾ ਕੇ ਚੈੱਕ ਕਰਨਾ ਹੈ ਕਿ ਕਿਹੜੀ ਵੈਨਿਟੀ ਦੇ ਵਿੱਚ ਕਿਹੜਾ ਆਰਟਿਸਟ ਹੈ। ਉਹਨਾਂ ਨਾਲ ਮਿਲ ਕੇ ਆਪਾਂ ਕਰਨੀਆਂ ਗੱਲਾਂ ਬਾਤਾਂ ਅਤੇ ਮੌਜ ਮਸਤੀਆਂ। ਆ ਜਾਓ, ਚੱਲੀਏ ਇਕੱਲੀ ਵੈਨਿਟੀ ਦੇ ਵਿੱਚ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਤੁਸੀਂ ਦੇਖਿਆ ਹੀ ਹੈ ਕਿ ਰੱਬ ਦਾ ਆਰਜੇ ਇਕੱਲੀ ਵੈਨਿਟੀ ਦੇ ਵਿੱਚ ਜਾਣ ਲਈ ਕਿੰਨਾ ਉਤਾਵਲਾ ਹੋਇਆ ਪਿਆ। ਪਰ ਮੈਂ ਵੈਨਿਟੀਆਂ ਦੇ ਬਹੁਤ ਦਰਵਾਜ਼ੇ ਖੜਕਾਏ, ਕਿਸੇ ਨੇ ਵੈਨਿਟੀ ਨਹੀਂ ਖੋਲ੍ਹੀ, ਮੈਨੂੰ ਅੰਦਰ ਨਹੀਂ ਵੜਨ ਦਿੱਤਾ। ਕੋਈ ਚੱਕਰ ਨਹੀਂ ਦੋਸਤੋ, ਜੇ ਰੱਬ ਦਾ ਆਰਜੇ ਵੈਨਿਟੀ ਅੰਦਰ ਨਹੀਂ ਜਾ ਸਕਦਾ, ਵੈਨਿਟੀ ਵਿੱਚੋਂ ਆਰਟਿਸਟ ਤਾਂ ਬਾਹਰ ਆ ਸਕਦੇ ਨੇ ਸਾਡੇ ਨਾਲ ਗੱਲਾਂ ਬਾਤਾਂ ਕਰਨ ਲਈ। ਸੋ ਆਪਾਂ ਵੈਨਿਟੀ ਤੋਂ ਬਾਹਰ ਬੁਲਾ ਕੇ ਆਰਟਿਸਟਾਂ ਨਾਲ ਕਰਦੇ ਹਾਂ ਗੱਲਾਂ ਬਾਤਾਂ। ਮੈਂ ਤੁਹਾਡੀ ਵੇਟ ਕਰਦੀ ਸੀ, ਕਿੱਥੇ ਰਹਿ ਗਏ ਸੀ ਤੁਸੀਂ? ਮੇਰੀ ਵੇਟ ਬਹੁਤ ਲੋਕ ਕਰਦੇ ਨੇ ਮੈਮ, ਕੀ ਹਾਲ ਚਾਲ ਹੈ? ਬਹੁਤ ਵਧੀਆ। ਵੈਸੇ ਤੁਸੀਂ ਮੈਨੂੰ ਪਛਾਣ ਹੀ ਲਿਆ ਹੋਣਾ, ਫਿਲਮ ਦਾ ਨਾਂ ਹੈ ਰੱਬ ਦਾ ਰੇਡੀਓ 2 ਤੇ ਮੈਂ ਆ ਰੱਬ ਦਾ ਆਰਜੇ। ਜੀ, ਰੱਬ ਦੇ ਆਰਜੇ ਦਾ ਮੈਂ ਸਾਡੇ ਰੱਬ ਦੇ ਰੇਡੀਓ 2 ਦੇ ਸੈੱਟ ਤੇ ਬਹੁਤ ਬਹੁਤ ਸਵਾਗਤ ਕਰਦੀ ਹਾਂ। ਕੀ ਬਾਤ ਹੈ, ਮੈਂ ਤਾਂ ਸਭ ਤੋਂ ਪਹਿਲਾਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਹਾਡੀ ਤਬੀਅਤ ਖਰਾਬ ਸੀ, ਫਿਰ ਵੀ ਤੁਸੀਂ ਸਾਨੂੰ ਟਾਈਮ ਕੱਢ ਕੇ ਦਿੱਤਾ। ਠੰਡ ਦਾ ਮੌਸਮ ਚੱਲਦਾ, ਵਾਕਈ ਤਬੀਅਤ ਖਰਾਬ ਹੋ ਜਾਂਦੀ ਹੈ, ਹੁਣ ਤਾਂ ਫੀਵਰ ਵੀ ਚੜਿਆ ਐਂਡ ਬਟ ਮੈਨੂੰ ਵਧੀਆ ਲੱਗਿਆ ਤੁਸੀਂ ਆਏ, ਮੇਰੀ એનર્ਜੀ ਵਾਪਸ ਰਿਵਾਈਵ ਹੋ ਗਈ ਸਾਰੀ ਥੋੜੇ ਅੰਤ। ਹੁਣ ਕਿਦਾਂ ਹੋ? ਹੁਣ ਵਧੀਆ। ਠੀਕ ਹੈ, ਕੀ ਬਾਤ ਹੈ ਮੈਮ। ਜਦੋਂ ਮੈਂ ਤੁਹਾਨੂੰ ਕਿਸਮਤ ਫਿਲਮ ਦੇ ਵਿੱਚ ਦੇਖਿਆ, ਮੈਂ ਕਹਿੰਦਾ ਕਮਾਲ ਹੀ ਹੋ ਗਈ। ਤੁਸੀਂ ਕਿਸਮਤ ਵਿੱਚ ਯਕੀਨ ਰੱਖਦੇ ਹੋ? ਜੀ, ਮੈਂ ਬਹੁਤ ਯਕੀਨ ਰੱਖਦੀ ਹਾਂ ਕਿਸਮਤ ਦੇ ਵਿੱਚ। ਕਿਸਮਤ ਵਿੱਚ ਯਕੀਨ ਰੱਖਦੇ ਹੋ? ਕਿਆ ਬਾਤ, ਮੈਨੂੰ ਲੱਗਦਾ ਪੂਰੀ ਪੰਜਾਬੀ ਆਡੀਅנס ਕਿਸਮਤ ਦੇ ਵਿੱਚ ਯਕੀਨ ਰੱਖਦੀ ਹੈ। ਮੈਂ ਵੀ ਕਿਸਮਤ ਵਿੱਚ ਯਕੀਨ ਰੱਖਦਾ ਤੇ ਤਾਈਓ ਤਾਂ ਮੈਂ ਤਾਨਿਆ ਜੀ ਦੇ ਨਾਲ ਬੈਠਾ, ਕਿੰਨੀ ਚੰਗੀ ਹੈ ਮੇਰੀ ਕਿਸਮਤ। ਆਏ ਹਾਏ ਹਾਏ। ਮੈਮ, ਕਿਸਮਤ ਮੂਵੀ ਦੇ ਵਿੱਚ ਜੀ ਤੁਸੀਂ ਐਮੀ ਵਿਰਕ ਭਾਜੀ ਦੇ ਨਾਲ ਕੰਮ ਕੀਤਾ, ਉਸ ਤੋਂ ਬਾਅਦ ਹੁਣ ਰੱਬ ਦਾ ਰੇਡੀਓ 2, ਸੋ ਤਰਸੇਮ ਜਸੜ ਭਾਈ ਨਾਲ, ਸੋ ਕਿਸ ਤਰ੍ਹਾਂ ਦਾ ਲੱਗ ਰਿਹਾ? ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ, ਵੇਰੀਏਸ਼ਨਸ ਆ ਰਹੀਆਂ ਨੇ ਜਿਹੜੇ ਰੋਲ ਮੈਂ ਪਲੇ ਕਰ ਰਹੀ ਹਾਂ ਐਂਡ ਇਸ ਦੇ ਨਾਲ ਨਾਲ ਜਿਹੜੇ ਮੇਰੇ ਨਾਲ ਐਕਟਰਸ ਪਲੇ ਕਰ ਰਹੇ ਨੇ। ਸੋ ਹਰ ਇੱਕ ਦੀ ਵੱਖਰੀ ਨੇਚਰ ਹੈ, ਹਰ ਇੱਕ ਦਾ ਕੰਮ ਕਰਨ ਦਾ ਤਰੀਕਾ ਵੱਖਰਾ ਐਂਡ ਮੈਨੂੰ ਬਹੁਤ ਕੁਝ ਸਿੱਖਣ ਤੋਂ ਮਿਲਦਾ ਹੈ। ਓਨੈਸਟਲੀ ਹਰ ਕਿਸੇ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ। ਓਕੇ, ਸਿੱਖਣ ਨੂੰ ਮਿਲਦਾ, ਮੈਨੂੰ ਵੀ ਬੜਾ ਸਿੱਖਣ ਨੂੰ ਮਿਲਦਾ ਅਤੇ ਮੇਰੇ ਕਰੈਕਟਰ ਦੇ ਵਿੱਚ ਵੀ ਅਤੇ ਮੇਰੇ ਬੋਲਣ ਦੇ ਅੰਦਾਜ਼ ਦੇ ਵਿੱਚ ਵੀ ਕਿੰਨੀ ਵੈਰੀਏਸ਼ਨ ਹੈ, ਤੁਸੀਂ ਦੇਖ ਹੀ ਲਈ ਹੋਣੀ ਹੈ। ਮੈਨੂੰ ਬਹੁਤ 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 ਵਧੀਆ ਲੱਗਿਆ। ਤੁਹਾਨੂੰ ਕਿੱਦਾਂ ਲੱਗਿਆ? ਮੈਨੂੰ ਵੀ ਬਹੁਤ 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 ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਤੇ ਤੁਹਾਡੀ ਵੇਰੀਏਸ਼ਨ ਵੇਖ ਕੇ। ਕੀ ਬਾਤ ਹੈ, ਕਿਸਮਤ ਚਮਕੀ। ਸੋ ਰੱਬ ਦਾ ਰੇਡੀਓ 2 ਦੇ ਵਿੱਚ ਤਾਨਿਆ ਜੀ, ਤੁਸੀਂ ਆਪਣੇ ਕਰੈਕਟਰ ਬਾਰੇ ਲੋਕਾਂ ਨੂੰ ਦੱਸੋ। ਜਿੱਦਾਂ ਮੈਂ ਡਰੈਸ ਅਪ ਹੋਈ ਹੈ ਉਸ ਕਰੈਕਟਰ ਲਈ ਹੀ, ਇੱਕ ਬਹੁਤ ਹੀ ਸਿੰਪਲ ਐਲੀਗੈਂਟ ਜਿਹਾ ਕਰੈਕਟਰ ਹੈਗਾ, ਡੈਫੀਨੇਟਲੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗਾ। ਸੋ ਜ਼ਿਆਦਾ ਮੈਂ ਡਿਟੇਲ 'ਚ ਨਹੀਂ ਦੱਸਣਾ ਕਰੈਕਟਰ ਬਾਰੇ, ਕਿਉਂਕਿ ਜੇ ਮੈਂ ਦੱਸਦਾ ਫਿਰ ਮੂਵੀ ਵੇਖਣ ਕੌਣ ਜਾਏਗਾ। ਸੋ ਜੇ ਜ਼ਿਆਦਾ ਇਸ ਕਰੈਕਟਰ ਬਾਰੇ ਤੁਸੀਂ ਪਤਾ ਕਰਨਾ, ਸੋ ਤੁਸੀਂ ਰੱਬ ਦਾ ਰੇਡੀਓ 2 ਵੇਖਣ ਜਾਣੀ ਹੈ, ਮਾਰਚ 'ਚ ਰਿਲੀਜ਼ ਹੋ ਰਹੀ ਹੈ। ਸੋ ਸਾਰੇ ਜਣੇ ਨੀਅਰ ਬਾਈ ਥੀਏਟਰ 'ਚ ਜਾਓ, ਵਰਲਡ ਵਾਈਡ ਰਿਲੀਜ਼ ਹੈਗਾ ਐਂਡ ਮੇਰੇ ਕਰੈਕਟਰ ਦੇ ਬਾਰੇ ਜ਼ਿਆਦਾ ਤੋਂ ਜ਼ਿਆਦਾ ਉੱਥੇ ਜਾ ਕੇ ਜਾਣ ਕੇ ਆਓ। ਜਸ ਗਰੇਵਾਲ ਜੀ, ਰੱਬ ਦਾ ਰੇਡੀਓ 2 ਫਿਲਮ ਜਿਨ੍ਹਾਂ ਨੇ ਲਿਖੀ ਹੈ, ਰੱਬ ਦਾ ਰੇਡੀਓ ਰਹੀ ਸੀ ਸੁਪਰ ਡੁਪਰ ਹਿੱਟ। ਭਾਅ ਜੀ, ਪਹਿਲਾਂ ਵੀ ਤੁਸੀਂ ਬੜੀਆਂ ਫਿਲਮਾਂ ਲਿਖੀਆਂ ਨੇ, ਸੁਪਰ ਡੁਪਰ ਹਿੱਟ ਰਹੀਆਂ ਨੇ, ਪਰ ਕਿੱਦਾਂ ਦਿਮਾਗ 'ਚ ਆਇਆ ਕਿ ਰੱਬ ਦਾ ਰੇਡੀਓ ਦਾ ਆਪਾਂ ਪਾਰਟ 2 ਬਣਾਉਣਾ? ਰੱਬ ਦਾ ਰੇਡੀਓ ਐਪਰੀਸ਼ੀਏਟ ਬਹੁਤ ਜ਼ਿਆਦਾ ਹੋਈ ਜੀ ਮੇਰੀਆਂ। ਖੈਰ, ਮੈਂ ਜਿੰਨੀਆਂ ਲਿਖੀਆਂ ਨੇ ਸ਼ਾਇਦ ਸਭ ਤੋਂ ਜ਼ਿਆਦਾ ਤਾਰੀਫ ਇਸ ਫਿਲਮ ਦੀ ਹੋਈ ਅਤੇ ਸਾਡਾ ਸਾਰਿਆਂ ਦਾ ਫਿਰ ਜੀ ਕੀਤਾ, ਪ੍ਰੋਡਿਊਸਰਸ ਦਾ ਵੀ, ਮੇਰਾ ਵੀ ਇਹ ਫਿਲਮ ਦੁਬਾਰਾ ਬਣਾਈ ਜਾਵੇ।
ਕਿਆ ਬਾਤ ਹੈ, ਕਿਆ ਬਾਤ ਹੈ ਭਾਅ ਜੀ ਨੇ ਜਿੱਦਾਂ ਕਿਹਾ ਕਿ ਬੜਾ ਰਿਸਪੋਂਸ ਮਿਲਿਆ। ਸੋ ਮੈਂ ਰੱਬ ਦਾ ਆਰਜੀ ਇੱਕ ਹੋਰ ਕੁਐਸਚਨ ਪੁੱਛੂੰਗਾ ਭਾਅ ਜੀ, ਸੈੱਟ 'ਤੇ ਮਾਹੌਲ ਕਿੱਦਾਂ ਦਾ ਹੈ? ਸੋ ਹੁਣ ਤੱਕ ਦਾ ਸ਼ੂਟ ਕਿੱਦਾਂ ਦਾ ਰਿਹਾ ਰੱਬ ਦਾ ਰੇਡੀਓ 2 ਦਾ? ਭਾਅ ਜੀ ਸ਼ੂਟ ਸਾਡਾ ਕਾਫੀ ਹੱਦ ਤੱਕ ਨੇੜੇ ਲੱਗ ਗਿਆ, ਬਹੁਤ ਸੋਹਣਾ ਸ਼ੂਟ ਹੋਇਆ। ਮੈਨੂੰ ਉਮੀਦ ਆ ਵੀ ਇਹ ਪਿਛਲੀ ਫਿਲਮ ਜਿੰਨੀ ਹੀ ਵਧੀਆ ਫਿਲਮ ਆ। ਉਮੀਦ ਨਹੀਂ ਭਾਅ ਜੀ, ਮੈਨੂੰ ਪੂਰਾ ਯਕੀਨ ਹੈ ਇਹ ਫਿਲਮ ਵੀ ਸੁਪਰ ਡੁਪਰ ਹਿੱਟ ਜਾਏਗੀ। ਸੋ ਵੈਸੇ ਤੁਹਾਨੂੰ ਪਤਾ ਹੀ ਹੈ ਮੈਂ ਵੀ ਥੋੜ੍ਹਾ ਬਹੁਤਾ ਲਿਖ ਲੈਂਦਾ ਭਾਅ ਜੀ। ਸੋ ਮੈਂ ਵੀ ਫਿਲਮ ਲਿਖੀ ਸੀ, ਤੁਹਾਡੀ ਫਿਲਮ ਹੈ ਰੱਬ ਦਾ ਰੇਡੀਓ। ਸੋ ਮੈਂ ਫਿਲਮ ਲਿਖੀ ਹੈ ਰੱਬ ਦਾ ਕੰਪਿਊਟਰ। ਭਾਅ ਜੀ ਟਾਈਟਲ ਕਿੱਦਾਂ ਲੱਗਿਆ? ਬਹੁਤ ਵਧੀਆ ਲੱਗਿਆ ਜੀ, ਬਹੁਤ ਵਨ ਸਟੈਪ ਅਹੈਡ ਆ ਜੀ ਸਾਡੇ ਤੋਂ। ਕਿਆ ਬਾਤ ਹੈ, ਤੁਹਾਡਾ ਡਾਇਲੋਗ ਸੀ ਭਾਅ ਜੀ ਰੱਬ ਦਾ ਰੇਡੀਓ ਫਿਲਮ ਦੇ ਵਿੱਚ, ਇਹ ਜਿਹੜਾ ਆਪਣਾ ਦਿਲ ਹੈ ਨਾ ਇਹ ਰੱਬ ਦਾ ਰੇਡੀਓ ਹੈ ਅਤੇ ਇਹ ਕਦੇ ਗਲਤ ਸਟੇਸ਼ਨ ਨਹੀਂ ਫੜ ਸਕਦਾ। ਭਾਅ ਜੀ ਮੇਰਾ ਇਹ 'ਚ ਡਾਇਲੋਗ ਹੈ, ਇਹ ਜਿਹੜਾ ਆਪਣਾ ਦਿਲ ਹੈ ਨਾ ਇਹ ਰੱਬ ਦਾ ਕੰਪਿਊਟਰ ਹੈ ਅਤੇ ਇਸ 'ਚ ਕਦੇ ਵਾਇਰਸ ਨਹੀਂ ਆ ਸਕਦਾ, ਨਾ ਹੀ ਇਹਦੇ ਕਦੇ ਸ਼ਟਡਾਊਨ ਹੋ ਸਕਦਾ। ਭਾਅ ਜੀ ਕਿੱਦਾਂ ਲੱਗਿਆ? ਬਹੁਤ ਵਧੀਆ, ਸੱਚ ਲੱਗਿਆ ਬਾਈ ਸੱਚ। ਸੋ ਸਾਡੀ ਆਡੀਅੰਸ ਦੀ ਫਰਮਾਇਸ਼ ਸੀ ਭਾਅ ਜੀ ਛੋਟੀ ਜੀ ਕਿ ਤੁਸੀਂ ਇੱਕ ਵਾਰ ਉਹਨਾਂ ਨੂੰ ਫਿਲਮ ਦੀ ਸਾਰੀ ਸਟੋਰੀ ਸੁਣਾ ਦਿਓ। ਸਾਰੀ ਸਟੋਰੀ ਹੀ ਸੁਣਾਉਣ ਦੀ ਤਿਆਰੀ ਹੈ ਜੀ, ਸਾਰੀ ਸਟੋਰੀ ਸੁਣਾ ਤਾਂ ਨਹੀਂ ਸਕਦੇ, ਦਿਖਾਵਾਂਗੇ ਲੋਕਾਂ ਨੂੰ 29 ਮਾਰਚ ਨੂੰ ਸਾਰੀ ਸਟੋਰੀ। ਭਾਅ ਜੀ ਨੇ ਕਿਹਾ ਕਿ ਜੇ ਸਾਰੀ ਸਟੋਰੀ ਇੱਥੇ ਉਹਨਾਂ ਨੇ ਸੁਣਾ ਤੀ, ਤੁਸੀਂ ਥੀਏਟਰ ਦੇ ਵਿੱਚ ਨੀਂਦ ਪੂਰੀ ਕਰਨ ਜਾਣਾ। ਸੋ ਫਿਲਮ ਦੇਖੋ, ਸਟੋਰੀ ਦੇਖੋ, ਸਾਰਾ ਕੁਛ ਪਤਾ ਲੱਗ ਜਾਏਗਾ। ਸਾਡੇ ਜਸ ਗਰੇਵਾਲ ਜੀ ਨੇ ਕਹਿ ਦਿੱਤਾ, ਆਪਾਂ ਲੈਂਦੇ ਹਾਂ ਇਜਾਜ਼ਤ। ਇਜਾਜ਼ਤ ਹੈ ਭਾਅ ਜੀ? ਇਜਾਜ਼ਤ ਹੈ, ਇਜਾਜ਼ਤ ਹੈ ਸਰ, ਥੈਂਕ ਯੂ ਸੋ ਮਚ। ਫਿਲਹਾਲ ਦੋਸਤੋ ਟਾਈਮ ਹੋ ਚੁੱਕਿਆ ਬ੍ਰੇਕ ਦਾ, ਬ੍ਰੇਕ ਦਾ ਨਹੀਂ ਐਕਚੁਲੀ ਟਾਈਮ ਹੋ ਚੁੱਕਿਆ ਲੰਚ ਬ੍ਰੇਕ ਦਾ। ਆਪਾਂ ਕਰਦੇ ਹਾਂ ਲੰਚ, ਅਤੇ ਆ ਜਾਓ ਅਤੇ ਤੁਸੀਂ ਚੱਲੋ, ਮੈਂ ਲੰਚ ਕਰਦਾ, ਠੀਕ ਹੈ ਨਾ? ਰੋਟੀ ਕਿਆ ਬਾਤ ਹੈ, ਰੋਟੀ ਬੜੀ ਸਵਾਦ ਸੀ। ਤੋ ਬ੍ਰੇਕ ਤੋਂ ਬਾਅਦ, ਲੰਚ ਬ੍ਰੇਕ ਤੋਂ ਬਾਅਦ ਤੁਹਾਡਾ ਵੈਲਕਮ ਹੈ ਰੱਬ ਦਾ ਰੇਡੀਓ 2 ਅਤੇ ਰੱਬ ਦਾ ਆਰਜੀ। ਕਰੀਏ ਸ਼ੁਰੂ, ਚਲੋ ਆ ਜਾਓ, ਚਲੀਏ ਫਿਰ। ਮਾਂ ਹੁੰਦੀ ਹੈ ਮਾਓ ਦੁਨੀਆ ਵਾਲਿਓ, ਮਾਂ ਦੀ ਪੂਜਾ ਰੱਬ ਦੀ ਪੂਜਾ, ਅਤੇ ਰੱਬ ਦਾ ਆਰਜੀ ਤੁਹਾਨੂੰ ਲੈ ਕੇ ਆ ਗਿਆ ਮਾਂ ਕੋਲ, ਯਾਨੀ ਕਿ ਤਰਸੇਮ ਜੱਸੜ ਭਾਅ ਜੀ ਦੀ ਮਾਂ ਸੁਨੀਤਾ ਧੀਰ ਜੀ। ਕੀ ਹਾਲ ਚਾਲ ਹੈ? ਬਹੁਤ ਵਧੀਆ। ਕਿਆ ਬਾਤ ਹੈ, ਰੱਬ ਦੇ ਆਰਜੀ ਨੂੰ ਮਿਲ ਕੇ ਕਿੱਦਾਂ ਲੱਗਿਆ ਤੁਹਾਨੂੰ? ਬਹੁਤ ਅੱਛਾ ਲੱਗਿਆ, ਬਹੁਤ ਅੱਛਾ ਲੱਗਿਆ। ਕਿਆ ਬਾਤ ਹੈ, ਰੱਬ ਦਾ ਰੇਡੀਓ ਵੀ ਸਾਡੇ ਕੋਲ ਹੈ ਅਤੇ ਰੱਬ ਦਾ ਆਰਜੀ ਮੇਲ ਹੋ ਗਿਆ, ਜਿੱਥੇ ਮਾਂ ਆ ਜੇ ਨਾ ਉੱਥੇ ਮੇਲ ਮਿਲਾਪ ਹੋ ਹੀ ਜਾਂਦੇ ਨੇ। ਸੋ ਆਪਾਂ ਪੁੱਛਣਾ ਬਦਲਾ ਜੱਟੀ ਦਾ, ਗੁਲਾਬੋ ਜੱਟੀ, ਲਲਕਾਰਾ ਜੱਟੀ ਦਾ। ਸੋ ਮੈਂ ਕਹਿੰਦਾ ਸਭ ਕੁਝ ਜੱਟੀ ਦਾ, ਸੁਨੀਤਾ ਧੀਰ ਜੀ ਦਾ। ਮੈਂ ਉਹਨੂੰ ਸੈੱਟ 'ਤੇ ਕਿੱਦਾਂ ਲੱਗ ਰਿਹਾ? ਸੈੱਟ 'ਤੇ ਬਹੁਤ ਅੱਛਾ ਲੱਗ ਰਿਹਾ ਕਿ ਪਹਿਲਾਂ ਜਿਹੜਾ ਰੱਬ ਦਾ ਰੇਡੀਓ 1 ਸੀ ਉਹਦੇ 'ਚ ਮੈਂ ਮਾਂ ਸੀ, ਹੁਣ ਇਹਦੇ 'ਚ ਮੈਂ ਸੱਸ ਹਾਂ। ਬੇਟੇ ਦਾ ਵਿਆਹ ਹੋ ਗਿਆ ਨਾ, ਹੁਣ ਸੱਸ ਬਣ ਗਏ ਨੇ। ਸੋ ਇਸ ਦੇ ਵਿੱਚ ਪਹਿਲਾਂ ਵਾਲੀ ਮਾਂ ਅਤੇ ਹੁਣ ਜਿਵੇਂ ਰੱਬ ਦਾ ਰੇਡੀਓ ਵਿੱਚ ਤੁਹਾਡਾ ਮਾਂ ਦਾ ਕਰੈਕਟਰ ਸੀ ਤਰਸੇਮ ਜੱਸੜ ਜੀ ਦੀ, ਸੋ ਰੱਬ ਦਾ ਰੇਡੀਓ 2 ਹੁਣ ਮਾਂ, ਸੋ ਮਾਂ 'ਚ ਕੁਝ ਫਰਕ ਆਇਆ ਕਿਉਂਕਿ ਸੱਸ ਬਣ ਗਈ ਹੈ? ਮਾਂ ਅਤੇ ਸੱਸ 'ਚ ਬਹੁਤ ਫਰਕ ਹੁੰਦਾ, ਲੇਕਿਨ ਇਸ ਵਿੱਚ ਮੈਂ ਮਾਂ ਜਾਂ ਸੱਸ ਹੀ ਨਹੀਂ, ਇੱਕ ਭੈਣ ਵੀ ਹਾਂ, ਇੱਕ ਬੇਟੀ ਵੀ ਹਾਂ। ਸੋ ਉਹ ਵੀ ਜਿਹੜੇ ਸ਼ੇਡਸ ਹੈ ਤੁਹਾਨੂੰ ਦੇਖਣ ਲਈ ਮਿਲਣਗੇ। ਕਿਆ ਬਾਤ ਹੈ, ਪਾਰਟ 2 ਬਣਿਆ, ਕਰੈਕਟਰ ਵੀ ਬਹੁਤ ਆ ਗਏ, ਨਿਕਲ ਗਿਆ ਏ। ਸੋ ਮਾਂ ਜਿਵੇਂ ਬੇਟੇ ਨੂੰ ਝਿੜਕਦੀ ਹੈ, ਡਾਂਟਦੀ ਹੈ, ਤੁਸੀਂ ਵੀ ਸੈੱਟ 'ਤੇ ਤਰਸੇਮ ਜੱਸੜ ਭਾਅ ਜੀ ਨੂੰ ਡਾਂਟਿਆ, ਕੋਈ ਸ਼ਰਾਰਤਾਂ ਕਰਦੇ ਹੋ? ਨਹੀਂ, ਕਦੇ ਵੀ ਨਹੀਂ, ਬਿਕੋਜ਼ ਉਹ ਮਾਂ ਦੀ ਗੱਲ ਕਹਿਣ ਤੋਂ ਪਹਿਲਾਂ ਹੀ ਸਮਝ ਆ। ਕਿਆ ਬਾਤ ਹੈ, ਕਹਿਣੇ ਵਿੱਚ ਰਹਿੰਦੇ ਨੇ ਇਹੀ ਹੁੰਦੀ ਹੈ, ਮਾਂ ਬੱਚਾ ਸ਼ਰਾਰਤਾਂ ਵੀ ਕਰਦਾ ਹੋਵੇ ਤਾਂ ਵੀ ਮਾਂ ਪਿਆਰ ਕਰਦੀ ਹੈ। ਸੋ ਕਿਸ ਤਰ੍ਹਾਂ ਦਾ ਮਾਹੌਲ ਹੈ ਸੈੱਟ ਦੇ ਉੱਤੇ, ਅਤੇ ਮਜ਼ਾ ਆ ਰਿਹਾ ਪੂਰਾ? ਸੈੱਟ ਦੇ ਉੱਪਰ ਬਹੁਤ ਵਧੀਆ ਮਾਹੌਲ ਹੈ, ਇੱਕ ਫੈਮਿਲੀ ਦੀ ਤਰ੍ਹਾਂ ਅਸੀਂ ਕੰਮ ਕਰ ਰਹੇ ਹਾਂ, ਦਿਨ ਰਾਤ, ਔਰ ਇੰਨੇ ਸੀਨ 'ਚ ਇਨਵੋਲਵ ਹੁੰਦੇ ਹਾਂ ਕਿ ਸਾਨੂੰ ਕੁਛ ਨਹੀਂ ਪਤਾ ਕੀ ਚੱਲ ਰਿਹਾ, ਸਿਰਫ ਸਾਡਾ ਫੋਕਸ ਸੀਨ 'ਤੇ ਹੁੰਦਾ। ਐਂਡ ਡਾਇਰੈਕਟਰ ਸ਼ਰਨ ਐਂਡ ਲਾਡੀ, ਇਹ ਸਾਰੇ ਬਹੁਤ ਵਧੀਆ ਨੇ। ਡੀ ਓ ਪੀ ਤਾਂ ਕਮਾਲ ਹੈ, ਇੰਨਾ ਕੂਲ ਬੰਦਾ ਮੈਂ ਕਦੇ ਨਹੀਂ ਦੇਖਿਆ। ਸੋ ਐਂ ਲੱਗਦਾ ਵੀ ਸਾਰੇ ਬੰਦੇ ਰੱਬ ਨੇ ਭੇਜੇ ਹੋਏ ਆ। ਕਿਆ ਬਾਤ ਹੈ, ਲਓ
लो जी दोस्तो रब दा आरजे पहुंच चुके है धीरज कुमार जी कोले। पाजी की हाल चाल? बिल्कुल ठीक ठाक जी, तुसी सुनाओ जी। मैं बहुत वधिया। सो किद्दां लग रहा रब दा रेडियो 2 दे सेट ते ते रब दे आरजे नूं मिलके? हमेशा वधिया लग गया मैनूं। फर्स्ट फिल्म दे विच भी मैं हिस्सा रहा, बहुत वधिया लग गया। ते अज मैं रब जी दे आरजे नूं मिल रहा तां मैनूं बहुत ज़्यादा वधिया लग रहा, क्योंकि मैं तां रेडियो सुणिया सी ते आरजे वी हुंदा रब दा, इह तां पहली वारी मिलिया। सो भाजी सब तो पहला पग बड़ी सोहनी बनी है, आप बनी है? थैंक यू। नहीं मैं बनी नहीं, मैं पग बनन दा मैनू सबब जिहड़ा फिल्म च बनन नूं मिलदा, ते मैं सज्जन सिंह रंग रूट वेले भी पग बहुत लगातार बनते रहे और बहुत अच्छा लगता है मैनू। ते मैनू हमेशा कहिंदे ने कि तैनू पग बहुत जचदी है। क्या बात है, वाकई बहुत जचदी है भाजी, पग च टौर ही वक्री हुंदी है। सो जिहड़ा तुहाडा नाम है धीरज कुमार, तुहाडा नाम ते मेरा करैक्टर थोड़ा जिहा मेल खांदे ने। तुहाडा नाम है धीरज, सो मेरे बोल चाल दे विच, बोल ते चाल दे विच बड़ी धीरज है। मैं उही सोच रहा सी मेल पता नहीं किवें खांदे ने। सो सब तो पहला असी तुहानू पुछांगे रब दा रेडियो 2 फिल्म दे विच तुहाडे किरदार बारे। मेरा किरदार वैसे तो ऑडियंस पहली फिल्म नाल ही जुड़ी हुई है मेरे किरदार दा पता है, पर रब दे रेडियो च मेरा किरदार किवें आएगा ये फिल्म देखण तो बाद पता लगूगा, क्योंकि मैं दस नहीं सकता, मैनू रोकिया होया कि फिल्म बारे तुसीं कुछ नहीं दसना। सो रब दे रेडियो 2 विच वी मिलांगा लोकां नूं, जिवें पहला रब दे रेडियो 1 च लोकां नूं मेरे ते गुस्सा चढ़दा हुंदा सी कि ये मां दे पिछे क्यों लाता, पर इस बार थोड़ा जिहा नवीं चीज़ है जी। क्या बात है, लोगों को गुस्सा आता सी भाजी ने कहा माँ के पिछे क्यों लगता है, पर इन्हों का फस्ट फिल्म के विआह हो गया सी, उस तो बाद घरवाली के पिछे लगते होंगे। नहीं मतलब यही गुस्सा से कि घरवाली के पिछे क्यों नहीं लगते। ਗੁਰਪ੍ਰੀਤ ਪੰਗੂ ਮੈਮ ਕੋਲੇ ਕੀ ਹਾਲ ਚਾਲ? ਬਿਲਕੁਲ ਠੀਕ ਹੈ, ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੀ ਬਾਤ ਹੈ, ਸੋ ਰੱਬ ਦਾ ਰੇਡੀਓ 2 ਫਿਲਮ ਰੱਬ ਦਾ ਆਰਜੇ ਪਹੁੰਚ ਚੁੱਕਿਆ, ਕਿਸ ਤਰ੍ਹਾਂ ਲੱਗਿਆ ਰੱਬ ਦੇ ਆਰਜੇ ਨੂੰ ਮਿਲ ਕੇ? ਬਹੁਤ ਹੀ ਵਧੀਆ, ਕਿਉਂਕਿ ਕਿਹਨੂੰ ਨਹੀਂ ਚੰਗਾ ਲੱਗਦਾ ਰੱਬ ਦੇ ਆਰਜੇ ਨੂੰ ਮਿਲ ਕੇ, ਹਰ ਇੱਕ ਹੀ ਚਾਹੂਗਾ ਅਤੇ ਮੈਂ ਖੁਸ਼ਕਿਸਮਤ ਹਾਂ ਕਿ ਅੱਜ ਮੈਂ ਤੁਹਾਨੂੰ ਮਿਲ ਰਹੀ ਹਾਂ। ਸੋ ਮੈਮ ਸੈੱਟ 'ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਰੱਬ ਦਾ ਰੇਡੀਓ 2? ਪਹਿਲਾਂ ਤਾਂ ਇਹਦੇ ਨਾਂ ਤੋਂ ਹੀ ਤੁਸੀਂ ਬੜੇ ਪ੍ਰਭਾਵਿਤ ਹੋ, ਰੱਬ ਦਾ ਰੇਡੀਓ ਜਿਹੜੀ ਪਹਿਲਾਂ ਫਿਲਮ ਸੀ ਤੁਸੀਂ ਲੋਕਾਂ ਨੇ ਸਾਰਿਆਂ ਨੇ ਬਹੁਤ ਪਿਆਰ ਦਿੱਤਾ, ਅਤੇ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਮੈਂ ਰੱਬ ਦੇ ਰੇਡੀਓ 2 ਦੇ ਵਿੱਚ ਇੱਕ ਪਾਤਰ ਨਿਭਾ ਰਹੀ ਹਾਂ। ਸਾਰਿਆਂ ਨੂੰ ਪਤਾ ਹੈ ਜਸ ਦੀ ਲਿਖੀ ਕਹਾਣੀ ਹੈ, ਰਿਸ਼ਤਿਆਂ ਨੂੰ ਲੈ ਕੇ ਕਹਾਣੀ ਹੈ, ਰਿਸ਼ਤੇ ਕਿਹਨੂੰ ਨਹੀਂ ਚੰਗੇ ਲੱਗਦੇ, ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਕੱਲ੍ਹ ਰਿਸ਼ਤਿਆਂ ਦੀ ਹੀ ਪ੍ਰੋਬਲਮ ਹੈ, ਰਿਸ਼ਤੇ ਖਤਮ ਹੋ ਰਹੇ ਨੇ, ਪਰ ਜਸ ਇੱਕ ਇਹੋ ਜਿਹਾ ਇਨਸਾਨ ਹੈ ਜਿਹੜਾ ਕਿ ਰਿਸ਼ਤਿਆਂ ਨੂੰ ਲੈ ਕੇ ਬਹੁਤ ਇਮੋਸ਼ਨਲ ਹੈ। ਪਹਿਲੀ ਫਿਲਮ ਦੇ ਵਿੱਚ ਤੁਸੀਂ ਦੇਖਿਆ ਅਤੇ ਹੁਣ ਦੂਸਰੀ ਫਿਲਮ ਵਿੱਚ ਦੇਖੋਗੇ ਕਿ ਕਿਵੇਂ ਅਸੀਂ ਟੁੱਟਦੇ ਹੋਏ ਰਿਸ਼ਤਿਆਂ ਨੂੰ ਬਚਾਉਂਦੇ ਹਾਂ। ਲਓ ਜੀ ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਿਨਾਂ ਬ੍ਰੇਕਾਂ ਤੋਂ ਸ਼ੂਟ ਜਾਰੀ ਹੈ ਰੱਬ ਦਾ ਰੇਡੀਓ 2 ਫਿਲਮ ਦਾ, ਅੱਗੇ ਦੀ ਕਾਰਵਾਈ ਕਰਦੇ ਹਾਂ ਸ਼ੁਰੂ। ਚਲੋ ਚਲੀਏ। ਤੁਹਾਡਾ ਆਪਣਾ ਰੱਬ ਦਾ ਆਰਜੇ ਹਾਜ਼ਰ ਹੈ ਰੱਬ ਦਾ ਰੇਡੀਓ 2 ਫਿਲਮ ਦੇ ਹੀਰੋ ਦੇ ਨਾਲ, ਮੇਰੇ ਕਹਿਣ ਦਾ ਮਤਲਬ ਹੈ ਤਰਸੇਮ ਜੱਸੜ ਜੀ। ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਹੀਂ ਭਾਜੀ, ਕਾਪੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਭਾਜੀ, ਮੇਰਾ ਐਕਚੁਲੀ ਹੈਗਾ ਜਿਹੜਾ ਬੋਲਣ ਦਾ ਚਾਲ ਦਾ ਲਹਿਜ਼ਾ ਉਹ ਬੜਾ ਸਲੋ ਹੈ, ਸੋ ਤੁਸੀਂ ਆਏ ਨਾ ਕਰੋ, ਮੇਰਾ ਮਜ਼ਾਕ ਨਾ ਉਡਾਓ। ਕੋਈ ਗੱਲ ਨਹੀਂ ਜੀ। ਬਹੁਤ ਅੱਛੇ। ਸੋ ਭਾਜੀ ਆਪਾਂ ਗੱਲ ਕਰਾਂਗੇ ਰੱਬ ਦਾ ਰੇਡੀਓ 2 ਦੇ ਸੈੱਟ 'ਤੇ ਜੋ ਹੋ ਰਿਹਾ ਅੱਜ ਦਾ ਸ਼ੂਟ, ਕਿੱਦਾਂ ਦਾ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ ਜੀ। ਓਬਵੀਅਸਲੀ ਸਾਡੀ ਫਿਲਮ ਰੱਬ ਦਾ ਰੇਡੀਓ ਤੁਸੀਂ ਸਾਰਿਆਂ ਨੇ ਇੰਨੀ ਪਸੰਦ ਕੀਤੀ, ਅਤੇ ਉਹਦਾ ਸੈਕਿੰਡ ਪਾਰਟ ਬਣਨ ਜਾ ਰਿਹਾ ਮੂਵੀ ਦਾ, ਉਹਦਾ ਸੀਕੁਅਲ ਬਣਨ ਜਾ ਰਿਹਾ, ਅਤੇ ਬਹੁਤ ਖੁਸ਼ੀ ਹੈ, ਬਹੁਤ ਐਕਸਾਈਟਡ ਹਾਂ, ਪੂਰਾ ਇੰਜੋਏ ਕਰੀਦਾ ਜਿਵੇਂ ਰੱਬ ਦੇ ਰੇਡੀਓ ਦੇ ਟਾਈਮ ਮਾਹੌਲ ਸੀ, ਸੇਮ ਉਹੀ ਫੈਮਿਲੀ ਵਾਲਾ ਮਾਹੌਲ ਆ, ਉਹੀ ਕਰੀਊ ਸਾਰਾ ਉੱਦਾਂ ਹੀ ਮਿਲਦੇ ਹਾਂ।
ਕਿਆ ਬਾਤ ਹੈ, ਰੱਬ ਦਾ ਰੇਡੀਓ 2 ਫਿਲਮ ਦੇ ਸੈੱਟ 'ਤੇ ਰੱਬ ਦਾ ਆਰ ਜੇ ਭੇਜਿਆ ਗਿਆ, ਤੁਹਾਨੂੰ ਕਿੱਦਾਂ ਲੱਗ ਰਿਹਾ? ਇਹ ਪੂਰਾ ਕਦੋਂ ਭੇਜਣਗੇ? ਹਜੇ ਤੱਕ ਕਿ ਭੇਜਿਆ ਲੱਗਦਾ, ਇਹ ਪੂਰਾ ਬਣ ਰਿਹਾ, ਕਾਰਵਾਈ ਜਾਰੀ ਹੈ, ਜਲਦ ਆਏਗਾ। ਤੁਸੀਂ ਸਾਨੂੰ ਐਂ ਦੱਸੋ ਕਿ ਸਾਨੂੰ ਕਿਹਾ ਗਿਆ ਸੀ ਕਿ ਰੱਬ ਦਾ ਰੇਡੀਓ 2 ਫਿਲਮ ਵਿਹਲੀ ਜਨਤਾ ਬੈਨਰ ਹੇਠ ਬਣ ਰਹੀ ਹੈ, ਪਰ ਇੱਥੇ ਸਾਰੇ ਕੰਮਾਂ ਕਾਰਾਂ 'ਚ ਰੁੱਝੇ ਹੋਏ ਨੇ, ਇਹ ਕੀ ਮਤਲਬ? ਇਹ ਹੁਣ ਵਿਹਲੀ ਜਨਤਾ, ਬਸ ਪਹਿਲਾਂ ਵਿਹਲੀ ਜਨਤਾ ਹੁੰਦੀ ਸੀ, ਹੁਣ ਵਿਹਲੀ ਜਨਤਾ ਬਿਜ਼ੀ ਜਨਤਾ ਹੋ ਗਈ ਹੈ, ਸਾਰੇ ਕੰਮ ਲੱਗਿਆ, ਕਿਉਂਕਿ ਓਬਵੀਅਸਲੀ ਇਹਦੇ ਵਿੱਚ ਬਹੁਤ ਟੀਮ ਵਰਕ ਹੁੰਦਾ। ਇੱਕ ਜਦੋਂ ਕੋਈ ਵੀ ਪ੍ਰੋਜੈਕਟ ਬਣਦਾ, ਸਵੇਰ ਤੋਂ ਲੈ ਕੇ ਰਾਤ ਦਿਨ ਦਾ ਪਤਾ ਹੀ ਨਹੀਂ ਲੱਗਦਾ, ਸਾਰਾ ਇੱਦਾਂ ਹੀ ਚੱਲਦਾ। ਕਿਆ ਬਾਤ ਹੈ! ਸੋ ਵਿਹਲੀ ਜਨਤਾ ਅੱਜ ਕੱਲ੍ਹ ਬੜੀ ਬਿਜ਼ੀ ਹੋ ਗਈ ਹੈ। ਰੱਬ ਦਾ ਰੇਡੀਓ ਦੇ ਵਿੱਚ ਜਿਹੜਾ ਤੁਹਾਡਾ ਕਰੈਕਟਰ ਸੀ, ਮੈਂ ਦੇਖਿਆ ਲਾਸਟ 'ਤੇ ਤੁਹਾਡਾ ਵਿਆਹ ਕਰ ਦਿੱਤਾ ਗਿਆ, ਵਿਆਹ ਹੋ ਗਿਆ, ਤੁਸੀਂ ਕਰਾ ਲਿਆ। ਸੋ ਉਸ ਤੋਂ ਬਾਅਦ, ਵਿਆਹ ਤੋਂ ਬਾਅਦ ਬੰਦੇ ਦੀ ਜ਼ਿੰਦਗੀ ਦੇ ਵਿੱਚ ਬਦਲਾਵ ਆ ਜਾਂਦੇ ਨੇ, ਸੋ ਸੈਕਿੰਡ ਪਾਰਟ ਹੈ ਰੱਬ ਦਾ ਰੇਡੀਓ 2, ਇਸ ਦੇ ਵਿੱਚ ਵੀ ਤੁਹਾਡਾ ਕਰੈਕਟਰ ਦੇ ਵਿੱਚ ਬਦਲਾਅ ਆਇਆ ਕੋਈ? ਨਹੀਂ, ਮਨਜਿੰਦਰ ਨਰੈਣਗੜ੍ਹ ਸੇਮ ਉਹੀ ਕਰੈਕਟਰ ਨੇ, ਅਤੇ ਮਤਲਬ ਉਹੀ ਬੰਦੇ ਆ, ਉਹੀ ਪਰਿਵਾਰ ਦੀ ਕਹਾਣੀ ਆ। ਵਿਆਹ ਤੋਂ ਜਦੋਂ ਵਿਆਹ ਹੋ ਗਿਆ ਤਾਂ ਮਤਲਬ ਵਿਆਹ ਤੋਂ ਬਾਅਦ ਕੀ ਹੁੰਦਾ ਅੱਗੇ, ਇਹ ਮਤਲਬ ਇੱਦਾਂ ਦਾ ਜਿਹੜਾ ਪ੍ਰੋਪਰ ਤੁਸੀਂ ਕਹਿ ਸਕਦੇ ਹੋ, ਇਹ ਫਿਲਮ ਦਾ ਅਸਲ ਸੈਕਿੰਡ ਪਾਰਟ ਆ। ਜਿਵੇਂ ਸੇਮ ਸਟੋਰੀ, ਸੇਮ ਕਰੈਕਟਰ, ਅੱਗੇ ਕੀ ਹੁੰਦਾ, ਬਹੁਤ ਸੋਹਣੀ ਕਹਾਣੀ ਬਣੀ ਆ, ਅਤੇ ਕਰੈਕਟਰ ਦੇ ਵਿੱਚ ਚੇਂਜ ਤਾਂ ਕੋਈ ਨਹੀਂ ਹੈਗੇ। ਹਾਂ, ਮਾਹੌਲ ਚੇਂਜ ਹੋ ਗਿਆ, ਹੁਣ ਵਿਆਹ ਹੋ ਗਿਆ ਨਾ, ਤਾਂ ਕਰਕੇ ਥੋੜ੍ਹਾ ਰੋਮਾਂਟਿਕ ਜ਼ਿਆਦਾ ਹੋ ਗਿਆ। ਵਿਆਹ ਤੋਂ ਬਾਅਦ ਬੰਦੇ ਦੀ ਜ਼ਿੰਦਗੀ ਦੇ ਵਿੱਚ ਕਾਫੀ ਬਦਲਾਵ ਆਉਂਦੇ ਨੇ। ਸੋ ਜਿਵੇਂ ਕਿ ਸ਼ਰਨ ਆਰਟਸ ਜੋ ਡਾਇਰੈਕਟ ਕਰ ਰਹੇ ਨੇ ਫਿਲਮ ਨੂੰ, ਡੈਬਿਊ ਫਿਲਮ ਆ ਉਹਨਾਂ ਦੀ, ਸੋ ਉਹਨਾਂ ਨਾਲ ਕੰਮ ਕਰਕੇ ਤੁਹਾਨੂੰ ਕਿੱਦਾਂ ਲੱਗਿਆ? ਬਹੁਤ ਵਧੀਆ, ਸ਼ਰਨ ਬਹੁਤ ਕ੍ਰੀਏਟਿਵ ਆ। ਸ਼ਰਨ ਨਾਲ ਹੁਣ ਤੋਂ ਨਹੀਂ, ਸ਼ਰਨ ਨਾਲ ਬਹੁਤ ਪੁਰਾਣਾ ਸਾਡਾ ਰਿਸ਼ਤਾ ਹੈਗਾ, ਸਾਰੋਕਾਰ ਹੈਗਾ, ਸ਼ਰਨ ਦੋਸਤ ਵੀ ਆ, ਅਤੇ ਨਾਲ ਉਹਦੇ ਜਿਹੜਾ DOP ਨੇ ਸਾਡੇ ਜਸਪ੍ਰੀਤ, ਇਹਨਾਂ ਨਾਲ ਬਹੁਤ ਮਤਲਬ 4-5 ਸਾਲ ਹੋ ਗਏ, ਤਕਰੀਬਨ 3-4 ਸਾਲ ਤੋਂ ਅਸੀਂ ਹੈਗੇ ਹਾਂ ਕੰਸਰਨ ਦੇ ਵਿੱਚ। ਸ਼ਰਨ ਬਹੁਤ, ਪਹਿਲੀ ਗੱਲ ਤਾਂ ਇਹ ਵੀ ਡਾਇਰੈਕਟਰ ਨੂੰ ਇੱਕ ਮਤਲਬ ਉਹ ਬਹੁਤ ਕੂਲ ਆ, ਸੈੱਟ 'ਤੇ ਹਮੇਸ਼ਾ ਮਾਹੌਲ ਕੂਲ ਹੋਊਗਾ, ਉਹ ਕਦੇ ਵੀ ਮੈਨੂੰ ਨਹੀਂ ਲੱਗਦਾ ਵੀ ਉਹਨੇ ਕਿਸੇ 'ਤੇ ਸ਼ਾਊਟ ਵੀ ਕੀਤਾ ਹੋਊ ਸਾਰੀ ਫਿਲਮ ਦੇ ਵਿੱਚ। ਬਹੁਤ ਸੋਹਣਾ, ਕ੍ਰੀਏਟਿਵ ਬਹੁਤ ਆ, ਕਿਉਂਕਿ ਹਰੇਕ ਚੀਜ਼ ਮਤਲਬ ਫਰੇਮ ਦੀ ਸੈਂਸ, ਸੀਨ ਦੀ ਸੈਂਸ, ਸੀਨ ਕਿਵੇਂ ਦਾ ਹੋਣਾ ਚਾਹੀਦਾ, ਇਹ ਸਾਰੀਆਂ ਚੀਜ਼ਾਂ ਬਾਰੇ ਬਹੁਤ ਡਿਟੇਲਿੰਗ 'ਚ ਜਾਂਦਾ ਪੂਰੀ, ਬਹੁਤ ਵਧੀਆ ਲੱਗਿਆ। ਓਕੇ, ਸੋ ਫਿਲਮ ਦੇ ਬਾਰੇ ਭਾਅ ਜੀ ਨੇ ਸਾਰਾ ਕੁਝ ਦੱਸਿਆ। ਰੱਬ ਦਾ ਰੇਡੀਓ 2 ਜਲਦ ਸਿਨੇਮਾ ਘਰਾਂ ਵਿੱਚ ਪੇਸ਼ ਹੋਏਗੀ, ਸਾਰਿਆਂ ਨੇ ਜਾ ਕੇ ਜ਼ਰੂਰ ਦੇਖਣੀ। ਉਮੀਦ ਹੈ ਇਹ ਵੀ ਰੱਬ ਦਾ ਰੇਡੀਓ ਫਿਲਮ ਵਾਂਗ ਸੁਪਰ ਡੁਪਰ ਹਿੱਟ ਹੋਏਗੀ। ਬਾਕੀ ਮੈਂ ਇੱਕ ਗੱਲ ਪੁੱਛਣੀ ਸੀ ਸਰ, ਰੱਬ ਦਾ ਰੇਡੀਓ ਜੇ ਫਿਲਮ 3 ਬਣੀ, ਉਸ ਦੇ ਵਿੱਚ ਰੱਬ ਦਾ RJ ਹੋਏਗਾ ਕਿ ਨਹੀਂ? ਨਹੀਂ ਜੀ, ਇਹ ਨਹੀਂ ਹੋ ਸਕਦਾ। ਅਲਵਿਦਾ ਕਹਿਣ ਦਾ ਵਕਤ ਆ ਗਿਆ, ਸਤਿ ਸ਼੍ਰੀ ਅਕਾਲ। ਲਓ ਜੀ ਦੋਸਤੋ, ਰੱਬ ਦਾ RJ ਪਹੁੰਚ ਚੁੱਕਿਆ, ਰੱਬ ਦਾ ਰੇਡੀਓ 2 ਫਿਲਮ ਦੇ ਡਾਇਰੈਕਟਰ ਸਾਹਿਬ ਕੋਲੇ ਸ਼ਰਨ ਆਰਟ। ਕੀ ਹਾਲ ਚਾਲ ਬਾਜੀ? ਸਤਿ ਸ਼੍ਰੀ ਅਕਾਲ ਪਲਾਜ਼ਾ। ਸਤਿ ਸ਼੍ਰੀ ਅਕਾਲ। ਵਧੀਆ ਨੇ। ਅਤੇ ਡਾਇਰੈਕਟਰ ਸਾਹਿਬ ਤੋਂ ਅਸੀਂ ਪੁੱਛਾਂਗੇ ਕਿ ਰੱਬ ਦਾ ਰੇਡੀਓ 2 ਉਹਨਾਂ ਦੀ ਪਹਿਲੀ ਫਿਲਮ ਹੈ ਜਿਸ ਨੂੰ ਉਹ ਕਰ ਰਹੇ ਨੇ ਡਾਇਰੈਕਟ, ਇਸ ਬਾਰੇ ਉਹਨਾਂ ਦਾ ਕੀ ਕਹਿਣਾ, ਕਿੱਦਾਂ ਦਾ ਰਿਹਾ ਉਹਨਾਂ ਦਾ ਐਕਸਪੀਰੀਅੰਸ? ਸਭ ਤੋਂ ਪਹਿਲਾਂ ਤਾਂ ਟੀਮ ਬਹੁਤ ਜ਼ਿਆਦਾ ਐਨਰਜੈਟਿਕ ਆ, ਸਾਰੇ ਹੀ ਬਹੁਤ ਕ੍ਰੀਏਟਿਵ ਨੇ, ਤਾਂ ਕਰਕੇ ਮਤਲਬ ਮਸਤੀ 'ਚ ਸ਼ੂਟ ਹੋ ਰਿਹਾ, ਮਤਲਬ ਵਧੀਆ, ਹਲਕੇ ਫੁਲਕੇ ਸਾਰਿਆਂ ਦੀ, ਡਾਇਰੈਕਸ਼ਨ ਟੀਮ ਦੀ, ਰਾਈਟਿੰਗ ਟੀਮ ਦੀ, ਪ੍ਰੋਡਕਸ਼ਨ ਹਾਊਸ ਵੱਲੋਂ, ਸਾਰਿਆਂ ਵੱਲੋਂ ਬਹੁਤ ਹੀ ਜ਼ਿਆਦਾ ਸਪੋਰਟਿਵ ਆ। ਤੁਸੀਂ ਸੈੱਟ ਦੇਖ ਕੇ ਸਮਝ ਹੀ ਗਏ ਹੋਵੋਗੇ ਵੀ 20 ਦਿਨਾਂ ਦੇ ਵਿੱਚ ਸੈੱਟ ਖੜ੍ਹਾ ਕਰਨਾ ਸੌਖੀ ਗੱਲ ਨਹੀਂ ਹੁੰਦੀ ਐਡਾ ਵੱਡਾ, ਸੋ ਕੁਛ ਮਜ਼ੇਦਾਰ ਦੇਖਣ ਨੂੰ ਮਿਲੂਗਾ ਤੁਹਾਨੂੰ। ਭਾਅ ਜੀ, ਤੁਸੀਂ ਇੱਧਰ ਕਿਵੇਂ ਸੋਚਿਆ ਕਿ ਆਪਾਂ ਡਾਇਰੈਕਸ਼ਨ ਲਾਈਨ ਦੇ ਵਿੱਚ ਜਾਣਾ ਹੈ? ਤੁਹਾਡੀ ਡੈਬਿਊ ਮੂਵੀ ਹੈ, ਫਸਟ ਮੂਵੀ। ਡਾਇਰੈਕਸ਼ਨ ਲਾਈਨ ਦੇ ਵਿੱਚ ਜਾਣ ਦਾ ਮੇਰਾ ਸ਼ੁਰੂ ਤੋਂ ਹੀ ਮਨ ਸੀਗਾ। ਮੈਂ ਐਕਚੁਲੀ 3D ਐਨੀਮੇਸ਼ਨ ਐਂਡ ਫਿਲਮ ਮੇਕਿੰਗ ਦੀ ਸਟੱਡੀ ਕੀਤੀ ਹੋਈ ਆ, ਸੋ ਪਹਿਲਾਂ ਮੈਂ ਗੇਮਿੰਗ ਕੰਪਨੀ ਦੇ ਵਿੱਚ ਵੀ ਜੋਬ ਕੀਤੀ ਹੈ, ਮਤਲਬ ਸ਼ੁਰੂ ਤੋਂ ਹੀ ਮਨ ਸੀਗਾ, ਨਾਲ ਨਾਲ ਸ਼ੁਰੂ ਤੋਂ ਮੈਨੂੰ ਆਰਟ ਨਾਲ ਪਿਆਰ ਆ, ਪੇਂਟਿੰਗਸ, ਡਰਾਇੰਗ, ਇਹ ਸਾਰਾ ਕੁਛ। ਅਤੇ ਫਿਰ ਉਸ ਤੋਂ ਬਾਅਦ ਜਦੋਂ ਮੈਂ ਫਿਲਮ ਮੇਕਿੰਗ ਐਂਡ 3D ਐਨੀਮੇਸ਼ਨ ਦੀ ਸਟੱਡੀ ਕੀਤੀ, ਫਿਰ ਉਸ ਤੋਂ ਬਾਅਦ ਮੇਰਾ ਬਹੁਤ ਜ਼ਿਆਦਾ ਧਿਆਨ ਡਾਇਰੈਕਸ਼ਨ ਵੱਲ ਹੋ ਗਿਆ ਫਿਰ, ਕਿਉਂਕਿ ਉਸ ਸਟੱਡੀ ਤੋਂ ਬਾਅਦ, ਅਤੇ ਇੰਨੀ ਦੇਰ ਦੀ ਸਟੱਡੀ ਤੋਂ ਬਾਅਦ ਫਿਰ ਹੁਣ ਆ ਕੇ ਚਾਂਸ ਮਿਲਿਆ ਵੀ ਹਾਂ ਵੀ ਆਪਣਾ ਜਿਹੜਾ ਲਰਨਿੰਗ ਆ ਜਾਂ ਜੋ ਆਪਣੇ 'ਚ ਕਲਾ ਹੈਗੀ ਆ ਉਹਨੂੰ ਹੁਣ ਇੱਕ ਫਰੇਮ ਦੇ ਉੱਤੇ ਲੈ ਕੇ ਆਈਏ। ਸੋ ਉਹਦੇ ਲਈ ਜਸ ਗਰੇਵਾਲ, ਮਨਪ੍ਰੀਤ ਭਾਅ ਜੀ, ਤਰਸੇਮ ਭਾਅ ਜੀ, ਉਹਨਾਂ ਦਾ ਥੈਂਕ ਯੂ, ਉਹਨਾਂ ਨੇ ਮੇਰੇ 'ਤੇ ਇੰਨਾ ਵਿਸ਼ਵਾਸ ਕੀਤਾ ਅਤੇ ਉਹੀ ਵਿਸ਼ਵਾਸ ਦੇ ਕਰਕੇ ਹੀ ਫਿਲਮ ਇੰਨੀ ਵਧੀਆ ਨਿਕਲ ਕੇ ਆ ਰਹੀ ਹੈ। ਸੋ ਇਹ ਸਾਰਾ ਕ੍ਰੈਡਿਟ ਮੈਨੂੰ ਲੱਗਦਾ
ਟੀਮ ਨੂੰ ਹੀ ਜਾਂਦਾ। ਕਿਆ ਬਾਤ ਹੈ, ਸਾਰਾ ਕ੍ਰੈਡਿਟ ਟੀਮ ਨੂੰ ਜਾਂਦਾ ਤੇ ਰੱਬ ਦਾ ਅਰਜੇ ਰੱਬ ਦਾ ਰੇਡੀਓ 2 ਫਿਲਮ ਦੇ ਸੈੱਟ ਤੇ ਪਹੁੰਚਿਆ। ਤੁਹਾਨੂੰ ਕਿੱਦਾਂ ਲੱਗਿਆ ਭਾਜੀ? ਬਹੁਤ ਵਧੀਆ, ਮਤਲਬ ਉਦਾਂ ਤਾਂ ਐਂਟਰਟੇਨਮੈਂਟ ਚੱਲਦਾ ਰਹਿੰਦਾ ਪਰ ਅੱਜ ਕੁਝ ਸਪੈਸ਼ਲ ਹੋ ਗਿਆ ਤੁਹਾਡੇ ਆਉਣ ਨਾਲ। ਲਓ ਜੀ ਦੋਸਤੋ, ਲਓ ਜੀ, ਮੈਨੂੰ ਲੱਗਦਾ ਦੋਸਤੋ ਰੱਬ ਦੇ ਰੇਡੀਓ ਤੋਂ ਬੁਲਾਵਾ ਆ ਚੁੱਕਿਆ ਹੈ। ਇਹ ਆਵਾਜ਼ਾਂ ਕੱਲੀਆਂ ਰੱਬ ਦੇ ਆਰਜੇ ਨੂੰ ਸੁਣਾਈ ਦਿੰਦੀਆਂ ਨੇ। ਸੋ ਬੁਲਾਵਾ ਆ ਚੁੱਕਿਆ, ਮੈਂ ਚੱਲਿਆ। ਅਗਲੀ ਵਾਰ ਮਿਲਦੇ ਹਾਂ ਨਵੀਂ ਫਿਲਮ ਦੇ ਸੈੱਟ 'ਤੇ, ਨਵੀਂ ਸਟਾਰ ਕਾਸਟ ਦੇ ਨਾਲ, ਨਵੇਂ ਰੂਪ ਦੇ ਵਿੱਚ। ਹੁਣ ਦਿਓ ਇਜਾਜ਼ਤ, ਮੈਂ ਤੁਹਾਡਾ ਆਪਣਾ ਰੱਬ ਦਾ ਆਰਜੇ ਆਰਜੇ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਭਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗੱਭਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗੱਭਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।